السلام علیکم ناظرین، میں نایاب نین تیرے سامنے حاضر ہوں ایڈیٹو شعاع نایاب اویسی کانفرنس ایون دا دفتر ہے الماری ہے लैपटॉप है ते प्रिंटर भी नाल है इत्थे वर्किंग मैं खुद करना होना ते मैं क्या आज तक अपने ऑफिस का विजिट करावा चा ये पक्खा भी लगा हुआ है कूलर वाला पानी ठंडे पानी वाला कूलर वाला पक्खा भी लगा हुआ है उडो बॉक्स है उन्दे विच कॉन्फ्रेंस दे कवाइफ वगैरह रख दे महफूज करने हैं खास तौर ते एक खास मकसद को जाहिर करने वास्ते मैं ये छोटा जिहा व्लॉग बनांदा पिया मैं ਅਤੇ ਉਹ ਖਾਸ ਮਕਸਦ ਇਹ ਹੈ ਕਿ ਤੁਹਾ ਕੋਲ ਇੱਕ ਬਿਲਕੁਲ ਨਵੀਂ ਜ਼ੁਬਾਨ ਦੀ ਤੁਹਾ ਕੋਲ ਇੱਕ ਰੁਬਾਈ ਸੁਣਵੇਂ ਹੈ ਫਾਰਸੀ ਵਾਲੇ ਹੈਰਾਨ ਤੀ ਸਨ ਇਹ ਕਿਹੜੀ ਜ਼ੁਬਾਨ ਦੀ ਹੈ ਉਰਦੂ ਵਾਲੇ ਹੈਰਾਨ ਤੀ ਸਨ ਇਹ ਕਿਹੜੀ ਜ਼ੁਬਾਨ ਦੀ ਹੈ ਸਰੈਕੀ ਵਾਲੇ ਹੈਰਾਨ ਤੀ ਸਨ ਕਿਹੜੀ ਜ਼ੁਬਾਨ ਦੀ ਹੈ ਅੰਗਰੇਜ਼ੀ ਵਾਲੇ ਹੈਰਾਨ ਤੀ ਸਨ ਕਿਹੜੀ ਜ਼ੁਬਾਨ ਦੀ ਹੈ ਇਵੇਂ ਹਰ ਜ਼ੁਬਾਨ ਨਾਲ ਆਪਣੀ ਜਗ੍ਹਾ 'ਤੇ ਹੈਰਾਨ ਤੀ ਸੀ ਕਿ ਇਹ ਕਿਹੜੀ ਜ਼ੁਬਾਨ ਦੀ ਹੈ ਫਾਰਸੀ ਫਾਰਸੀ ਤੋਂ ਵੀ ਬਾਹਰ ਹੈ ਅਰਬੀ ਤੋਂ ਦੇ ਅਲਫਾਜ਼ ਨਾਲ ਮੁਤਾਬਕਤ ਹਨ ਲੱਗਦੇ ਹਨ ਲੇਕਿਨ ਪਤਾ ਨਹੀਂ ਕਿਹੜੀ ਜ਼ੁਬਾਨ ਦੇ ਹਨ ਇਹ ਅਲਫਾਜ਼ ਜਿਹੜੇ ਅਸਾਂ ਰੁਬਾਈ ਦੇ ਵਿੱਚ ਇਸਤੇਮਾਲ ਕਰਨੇ ਹਨ ਅਤੇ ਰੁਬਾਈ ਦੇ ਔਜ਼ਾਨ ਦੇਖ ਸੋ ਬਿਲਕੁਲ ਬਰਾਬਰ ਹੋ ਸਨ ਹਰਫ ਬਾ ਹਰਫ ਗਿਣ ਸੋ ਹਰੂਫ ਬਰਾਬਰ ਹੋ ਸਨ ਲਫਜ਼ ਗਿਣ ਸੋ ਲਫਜ਼ ਵੀ ਬਿਲਕੁਲ ਬਰਾਬਰ ਹੋ ਸਨ ਬਹੂ ਹੀ ਰਾਜ਼ੇ ਭਰੀ ਬਹੂ ਹੀ ਮਿਹਨਤ ਨਾਲ ਹਾਸਿਲ ਕੀਤੀ ਹੋਈ ਰੁਬਾਈ ਹੈ ਅਤੇ ਮੈਂ ਤੋ ਕੋ ਰੁਬਾਈ ਪੇਸ਼ ਕਰੇਨਾ ਮੁਖਤਸਰ ਛੋਟੇ ਛੋਟੇ ਲਫਜ਼ ਹਨ ਨਵੇਂ ਨਵੇਂ ਲਫਜ਼ ਹਨ ਅਤੇ ਅਕਲ ਹੈਰਾਨ ਥੀ ਵਿਨੇ ਐਸੇ ਅਲਫਾਜ਼ ਇਸਤੇਮਾਲ ਥਾਏ ਹੋਏ ਹਨ ਬਹੂ ਹੀ ਅਜੀਬ ਅਜੀਬ ਅਲਫਾਜ਼ ਇਸਤੇਮਾਲ ਥਾਏ ਹੋਏ ਹਨ ਬੜੇ ਹੀ ਖੂਬਸੂਰਤ ਅਲਫਾਜ਼ ਇਸਤੇਮਾਲ ਥਾਏ ਹੋਏ ਹਨ ਸੁਣ ਸੋ ਇਨਸ਼ਾ ਅੱਲਾਹ ਤੋ ਕੋ ਅਜੀਬ ਲੱਗ ਸੀ ਨਵਾਂ ਨਵੀਂ ਕਲਾ ਨਵਾਂ ਕਲਾਮ ਹੈ ਨਵੀਂ ਰੁਬਾਈ ਹੈ ਬਿਲਕੁਲ ਜੋ ਗਹਿਰਾਈ ਦੇ ਆਲਮ ਵਿੱਚ ਰਹਿਣ ਵਾਲੇ ਨੇ ਉਹਨਾਂ ਵਾਸਤੇ ਇਹ ਬਿਲਕੁਲ ਹੈਰਤ ਅੰਗੇਜ਼ ਚੀਜ਼ ਹੈ ਪਹਿਲਾ ਰੁਬਾਈ ਸ਼ੁਰੂ ਕਰੇ ਨੇ ਬਿਸਮਿਲ੍ਲਾ ਰਹਿਮਾਨ ਰਹੀਮ ਪਹਿਲਾ ਮਿਸਰਾ ਹੈ ਕਿ مخزیان توقیب النویب مخزیان توقیب النویب مخزیان توقیب النویب اگلی لائن ہے محترد مختصحف الادیب محترد مختصحف الادیب ترے لفظ ہیں مخزیان توقیب النویب ترے لفظ ہیں یہ ترے لفظ ہیں مخزیان توقیب النویب محترت مختصحف الادیب تریجا مصرع ہے کہ اردشت نمادود التفہیم ترائے لفظن اردشت نمادود التفہیم اردشت نمادود التفہیم ادغیاء شختم سبا حسیب ان وچ بھی ترائے لفظ استعمال تھے ہیں ادغیاء شختم ਬਾਹਸੀਬ ਇਦਗਿਆ ਸ਼ਖਤਮ ਸੇ ਬਾਹਸੀਬ ਤਰੇ ਤਰੇ ਅਲਫਾਜ਼ ਇਸਤੇਮਾਲ ਕੀਤੇ ਗਏ ਇਹਨਾਂ ਅਲਫਾਜ਼ਾਂ ਦੇ ਅੱਗੋਂ ਵੱਲ ਹਰੂਫ ਟੋਟਲ ਕਰੋ ਤਾਂ ਹਰੂਫ ਵੀ ਬਿਲਕੁਲ ਤੁਹਾਨੂੰ ਬਰਾਬਰ ਬਰਾਬਰ ਮਿਲ ਸਕਣ ਇਨਸ਼ਾ ਅੱਲਾ ਗਿਣਸੋ ਇਨਸ਼ਾ ਅੱਲਾ ਤੁਹਾਨੂੰ ਬਿਲਕੁਲ ਬਰਾਬਰ ਨਜ਼ਰ ਆ ਸਕਣ ਇਹ ਰੁਬਾਈ ਹੈ ਅਤੇ ਬਹੁਤ ਹੀ ਖੂਬਸੂਰਤ ਰੁਬਾਈ ਹੈ ਨਵੇਂ ਨਵੇਂ ਅਲਫਾਜ਼ ਹਨ ਖੁਸ਼ਨੁਮਾ ਅਲਫਾਜ਼ ਹਨ ਅੱਛੇ ਅੱਛੇ ਅਲਫਾਜ਼ ਹਨ ਕੀਮਤੀ ਲਫਜ਼ ਹਨ
سونے سونے لفظ استعمال کیتے گئے اور با ادب اور با مقصد با معنی الفاظ استعمال کیتے گئے ہیں۔ این روپے دی مزید معانی سنن واسطے، معانی معلوم کرنے واسطے اور ان دی خاص طور تے تشریح واسطے تساں ضرور کمنٹس بھی کرے سو اور کمنٹس دے ذریعے حاصل بھی کرے سو اور سن رابطہ بھی کرے سو اور انتظار کرے سو کہ اساں نویں ویڈیو بنا کے پیش کرے سو جن دے وچ ان دی تشریح ہو سی۔